ਕੇਲਾ ਪਈਆਂ ਨੇ ਸਾਨੂੰ ਬੜੇ ਬੜੇ ਅੱਛੀਆਂ ਕੌਮਾਂ ਵੀ ਦਿੱਤੀਆਂ। ਮੈਂ ਤੁਹਾਡੀ ਦੁਆਵਾਂ ਨਾਲ ਪੂਰੀ ਦੁਨੀਆ ਫਿਰਿਆ ਵਾਂ, ਮੈਂ ਪੂਰੀ ਦੁਨੀਆ 'ਚ ਸਾਡੇ 'ਤੇ ਉਹ ਵੀ ਹਕੂਮਤ ਕਰ ਗਏ ਜਿਹਨਾਂ ਦੀ ਘਰਦਿਆਂ ਨੂੰ ਸਮਝ ਨਹੀਂ ਸੀ ਆਉਂਦੀ। ਮੀਆਂ ਸਾਹਿਬ ਆਏ, ਮੈਂ ਤਾਂ ਇਹ ਸੋਚਣ ਡਿਆ ਸਾਰੇ ਡਾਕਟਰ ਇੱਥੇ ਨੇ, ਮੀਆਂ ਸਾਹਿਬ ਕਿਤੇ ਇਕੱਲੇ ਹੀ ਨਾ ਹੋਣ, ਅਤੇ ਅੱਲਾ ਉਹਨਾਂ ਦੀ ਸਿਹਤ ਦੇਵੇ, ਤੰਦਰੁਸਤੀ ਦੇਵੇ। ਅੱਲਾ ਮੀਆਂ ਨੇ ਸਾਨੂੰ ਇੱਕ ਤੋਹਫਾ ਦਿੱਤਾ, ਇਮਰਾਨ ਖਾਨ। ਜ਼ਰਾ ਤਾਲੀਆਂ ਵਜਾ ਦਿਓ ਇਮਰਾਨ ਖਾਨ ਕੋ, ਜਿਹੜਾ ਜਿਹੜਾ ਸੁਖੀ ਹੈ। ਅੱਛਾ, ਜੇ ਏਡੇ ਸੁਖੀ ਹੋ ਤਾਂ ਫਿਰ ਰੋਡਾਂ 'ਤੇ ਕੀ ਕਰਦੇ ਹੋ? ਅੱਛਾ ਠੀਕ ਹੈ ਸਰ, ਅੱਲਾ ਦੀ ਮਿਹਰਬਾਨੀ ਨਾਲ ਅੱਲਾ ਮੀਆਂ ਨੇ ਸਾਨੂੰ ਇਮਰਾਨ ਖਾਨ ਦਿੱਤਾ। ਮਾਸੂਮ ਆਦਮੀ ਆ, ਉਹਨਾਂ ਨੇ ਸਾਡੇ ਕੋਲ 90 ਦਿਨ ਮੰਗੇ। ਅਸੀਂ ਮਾਸੂਮ ਕੌਮ ਪਾਕਿਸਤਾਨੀ, ਅਸੀਂ 70 ਸਾਲ ਦੇ ਕੇ ਬੈਠੇ ਸੀ। 90 ਦਿਨਾਂ ਬਾਅਦ ਇਮਰਾਨ ਖਾਨ ਸਾਹਿਬ ਨੂੰ ਪੁੱਛਿਆ ਕਿ ਕੀ ਹੋਇਆ, ਕਹਿੰਦੇ 90 ਦਿਨ ਹੋਏ ਨੇ। ਅੱਲਾ ਉਹਨਾਂ ਦੀ ਜ਼ਿੰਦਗੀ ਕਰੇ, ਜੋ ਜੋ ਉਹਨਾਂ ਨੇ ਵਾਅਦੇ ਕੀਤੇ ਨੇ, ਅਤੇ ਅੱਲਾ ਉਹਨਾਂ ਨੂੰ ਸ਼ਾਦੀਆਂ ਤੋਂ ਇਲਾਵਾ ਵੀ ਕੋਈ ਹਿੰਮਤ ਦੇਵੇ ਕਿ ਉਹ ਪਾਕਿਸਤਾਨ ਲਈ ਵੀ ਕੁਛ ਕਰਨ। ਮੈਂ ਉਹਨਾਂ ਲਈ ਸੱਚੀ ਮੁੱਚੀ ਦੁਆ ਕਰਾਂ। ਮੇਰੇ ਪਾਸ ਬੜੇ ਬੜੇ ਅੱਛੇ ਕਾਮੇਡੀਅਨ ਹੈ, ਮੈਂ ਵੀ ਬੁਲਾਊਂਗਾ। ਇੱਕ ਐਸਾ ਕਾਮੇਡੀਅਨ ਮੇਰੇ ਪਾਸ ਹੈ ਜੋ ਫੈਮਲੀਜ਼ ਕਾ ਫੇਵਰੇਟ ਹੈ, ਆਪਕੀ ਭਰਪੂਰ ਤਾਲੀਓ ਮੈਂ। ਆਪਨੇ ਦੇਖਾ ਹੋਗਾ ਖਬਰ ਨਾਮ ਟੀਵੀ ਪੇ, ਜੀਓ ਮੇ ਇੱਕ ਪ੍ਰੋਗਰਾਮ ਚਲਤਾ ਹੈ, ਵਹਾਂ ਪੇ ਵੋ ਡਿਫਰੈਂਟ ਰੋਲਸ ਕਰਤਾ ਹੈ ਆਪਕੇ ਸਾਹਮਨੇ। ਆਪਕੀ ਭਰਪੂਰ ਤਾਲੀਓ ਮੈਂ ਇਸਤਕਬਾਲ ਕੀਜੀਏਗਾ, ਸਾਕੀ ਖਾਨ। ਤਾਲੀਆਂ ਜ਼ਰਾ ਵਜਾ ਦੀਜੀਏ, ਤਾਲੀਆਂ। ਓ ਮਾਈ ਗੋਡ, ਇੱਕ ਹਮਾਰਾ ਬੜਾ ਥੀਏਟਰ ਕਾ ਅਪਕਮਿੰਗ ਸਟਾਰ ਹੈ, ਬੜਾ ਅੱਜ ਕੱਲ੍ਹ ਤੇਜ਼ ਜਾ ਰਹਾ ਹੈ। ਆਪ ਉਸੇ ਮੁਖਤਲਿਫ ਥੀਏਟਰਸ ਮੇਂ ਕਾਮ ਕਰਤੇ ਹੋਏ ਦੇਖਤੇ ਹੈ, ਉਨਕੋ ਵੀ ਬੁਲਾਤੇ ਹੈ। ਆਪਕੀ ਭਰਪੂਰ ਤਾਲੀਓ ਮੈਂ ਰਜ਼ੀ ਖਾਨ। ਤਾਲੀਆਂ ਕਮ ਹੋ ਗਈਆਂ ਭਈਆ। ਅਬ ਮੈਂ ਇੱਕ ਐਸੇ ਫਨਕਾਰ ਕੋ ਬੁਲਾਨਾ ਚਾਹਤਾ ਹੂੰ ਜਿਸਕਾ ਮੈਂ ਨਾਮ ਲੂੰਗਾ, ਆਪ ਖੁਦ ਹੀ ਤਾਲੀਆਂ ਬਜਾਏਂਗੇ। ਵਨ ਐਂਡ ਓਨਲੀ ਫੈਮਲੀ ਫਨਕਾਰ, ਸਾਫ਼ ਸੁਥਰੀ ਬਾਤ ਕਰਨੇ ਵਾਲਾ, ਔਰ ਪੂਰੀ ਦੁਨੀਆ ਮੈਂ ਪਾਕਿਸਤਾਨ ਕਾ ਉਸਨੇ ਨਾਮ ਰੋਸ਼ਨ ਕੀਆ। ਮੇਰੀ ਮੁਰਾਦ ਹਮ ਹਮਾਰਾ ਔਰ ਆਪਕਾ ਪਸੰਦੀਦਾ ਫਨਕਾਰ ਹਮਾਰਾ ਚਾਹ। ਤਾਲੀਆਂ ਜ਼ਿਆਦਾ ਹੋਣੀ ਚਾਹੀਏ, ਜ਼ਰਾ ਜਿਤਨਾ ਬੜਾ ਫਨਕਾਰ ਹੈ ਉਤਨੀ ਤਾਲੀਆਂ ਹੋਣੀ ਚਾਹੀਏ। ਹੈਲੋ ਜੀ ਚੰਦ ਸਾਹਿਬ, ਡਾਕਟਰਾਂ ਦਾ ਸ਼ੋਅ ਹੈ। ਹਾਂ, ਇਹ ਸ਼ੋਅ ਕਿਹੜਾ ਹਾਲ ਹੈ? ਮੈਂ ਅੱਗੇ ਦੇਖਿਆ, ਮੈਂ ਕਿਹਾ ਤੁਸੀਂ ਸਾਰੇ ਇੱਥੇ ਹੋ ਤੇ ਮੀਆਂ ਸਾਹਿਬ ਕੋ ਕੌਣ ਹੈ? ਕਿਆ ਬਾਤ ਹੈ ਜੀ, ਡਾਕਟਰਾਂ ਦਾ ਸ਼ੋਅ ਹੈ ਜੀ। ਹਾਂ ਜੀ, ਹਰ ਬਾਤ ਨੂੰ ਸਮਝਦੇ, ਇਨਸਾਨ ਦੀ ਬੋਡੀ ਨੂੰ ਸਮਝਦੇ ਹੈ ਜੀ। ਜੀ ਜੀ, ਇਹ ਜਾਹਲ ਗਿਆ ਹੈ ਡਾਕਟਰ ਦੀ ਦੁਕਾਨ ਤੇ। ਅੱਛਾ ਜੀ, ਜਾ ਕੇ ਕਹਿੰਦਾ ਡਾਕਟਰ ਸਾਹਿਬ, ਡਾਕਟਰ ਸਾਹਿਬ ਕੋਈ ਕੌੜੀ ਦਵਾਈ ਨਾ ਲਿਖਣਾ। ਡਾਕਟਰ ਕਹਿੰਦਾ ਫਿਰ ਤੈਨੂੰ ਕਿਲੋ ਜਲੇਬੀਆਂ ਲਿਖ ਦੇਣਾ ਮੈਂ। ਤੇ ਚੰਦ ਸਾਹਿਬ ਇੱਕ ਡਾਕਟਰ ਨੂੰ ਚੈੱਕ ਕਰਾਉਣ ਚਲੇ ਗਏ। ਡਾਕਟਰ ਸਾਹਿਬ ਨੇ ਚੰਦ ਸਾਹਿਬ ਨੂੰ ਸੀਰਮ ਦਿੱਤਾ, ਉਹਨੇ ਕਿਹਾ ਚੰਦ ਸਾਹਿਬ ਇੱਕ ਚਮਚਾ ਸੁਬਾ, ਇੱਕ ਸ਼ਾਮ, ਇੱਕ ਦੁਪਹਿਰ ਨੂੰ। ਕਹਿੰਦਾ ਰੱਖ ਦਵਾਈ, ਇੰਨੇ ਚਮਚੇ ਤੇ ਮੇਰੇ ਘਰ ਹੈ ਹੀ ਨਹੀਂ। ਬੜੀ ਗੱਲ ਕੀਤੀ, ਬੜੀ ਗੱਲ ਕੀਤੀ ਹੈ। ਅੱਛਾ, ਇਹ ਵੀ ਡਾਕਟਰ ਸੀ ਚੰਦ ਸਾਹਿਬ। ਅੱਛਾ, ਉਹਨਾਂ ਨੇ ਮਹੱਲੇ ਚੋਂ ਕੱਢਤਾ। ਕਿਉਂ? ਇੱਕ ਮਰੀਜ਼ ਆ ਕਹਿੰਦਾ ਡਾਕਟਰ ਸਾਹਿਬ ਮੈਨੂੰ ਸਰਦੀ ਬੜੀ ਲੱਗ ਰਹੀ, ਇਹਨੇ 2 ਸਵੈਟਰ ਲਿਖਤੇ। ਬੜੀ ਗੱਲ, ਬੜੀ ਗੱਲ, ਬੜੇ ਬੜੇ ਡਾਕਟਰ ਹੋਏ ਜੀ। ਜੀ ਜੀ, ਇਹ ਬੜਾ ਵੱਡਾ ਡਾਕਟਰ ਹੈ। ਅਲਹਮਦੁਲਿਲਾ, ਇੱਕ ਮਰੀਜ਼ ਦਾ ਖੂਨ ਨਾ ਬੰਦ ਹੋਵੇ ਨੇ ਉੱਤੇ ਰੇਤ ਮਾਰਦੀ। ਬੜੇ ਬੜੇ ਡਾਕਟਰ ਹੋਏ ਇਹਨੇ, ਇੱਕ ਆਪਰੇਟ ਵੀ ਕੀਤਾ ਸੀ ਚੰਦ ਸਾਹਿਬ। ਅੱਛਾ, ਇਹਦੇ ਕੋਲ ਧਾਗਾ ਮੋ ਗਿਆ, ਉਹਨਾਂ ਨੇ ਕਹਿੰਦਾ ਜੀ ਬਾਜ਼ਾਰੋਂ ਪੀਕੋ ਕਰਾ ਲਓ। ਮੈਂ ਮਜ਼ਾਕ ਨਾਲ 5000 ਦੀ ਫੋਟੋ ਖਿੱਚ ਕੇ ਮੈਂ ਉਹਨੂੰ ਅੱਗੋਂ ਵਟਸਐਪ ਕਰਤਾ। ਉਹਨੇ ਅੱਗੋਂ ਮੈਨੂੰ ਰੋਟੀ ਦੀ ਫੋਟੋ ਖਿੱਚ ਕੇ ਕਹਿੰਦਾ ਸੁਣਾ ਕੇ ਐਸੀ ਲੱਗੀ। ਤਾਲੀਆਂ ਵੀ ਵਜਾਤੇ ਰਹੇ ਜਰਾ ਪਲੀਜ਼। ਫਨਕਾਰ ਦੇ ਚਿਹਰੇ ਤੇ ਨੂਰ ਮੇਰੀ ਕੈਚਪ ਮੁੱਕੀ ਹੈ। ਵਾਹ ਜੀ ਵਾਹ, ਕਿੰਨੇ ਸਾਲ ਹੋਏ ਲਾਉਣਾ ਹੈ।
ਜ਼ਿੰਦਗੀ ਨੂੰ ਪਾਗਲ ਕਾਰ ਚ ਬਹਿ ਗਿਆ ਕਾਰ ਚ ਤੇ ਕਾਰ ਜਾ ਰਹੀ ਹੈ ਸੜਕ ਤੇ ਤੇ ਸੜਕ ਤੇ ਆ ਗਿਆ ਪਾਣੀ ਇਹ ਕਾਰ ਚ ਬੈਠਾ ਹੀ ਪਹੁੰਚੇ ਤਾਂ ਕਰੀ ਜਾਣ ਦੇ ਉਹ ਪਾਣੀ ਦੇ ਥੱਲੇ ਲਵੇ ਬੰਦੇ ਚੰਦ ਸਾਹਿਬ ਨੇ ਇੱਕ ਫੰਕਸ਼ਨ ਤੇ ਜਾਣਾ ਸੀ ਚੰਦ ਸਾਹਿਬ ਤਿਆਰ ਹੋਣੇ ਫਟਾਫਟ ਕੋਟ ਪਾਇਆ ਪੈਂਟ ਪਾ ਲੈ ਕੇ ਰੌਲਾ ਪਾ ਦਿੱਤਾ ਉਹ ਮੈਨੂੰ ਸਾਲ ਚ ਹੋ ਗਿਆ ਉਹ ਮੈਨੂੰ ਸਾਲ ਚ ਹੋ ਗਿਆ ਭਾਬੀ ਜੀ ਪਾ ਕੇ ਕਮਰੇ ਜਾਏ ਵੇਖੇ ਹੀ ਕਿਉਂ ਪਹੁੰਚੇ ਦੋਵੇਂ ਪੈਣ ਲੱਤਾਂ ਪਾਈਆਂ ਬਿਮਾਰੀ ਮੈਂ ਡਾਕਟਰ ਸਾਹਿਬ ਮੈਂ ਜਦੋਂ ਤੁਰਨਾ ਮੇਰੇ ਗੋਡੇ ਹੀ ਪੀੜ ਹੁੰਦੀ ਅੱਛਾ ਡਾਕਟਰ ਕਹਿੰਦਾ ਮੇਰੇ ਬੈਠਿਆ ਹੁੰਦੀ ਐਡੀ ਕਿਹੜੀ ਗੱਲ ਤੇਰਾ ਕੋਈ ਕਸੂਰ ਨੀ ਆਪਣਾ ਖੂਨ ਜਿੱਥੇ ਹੋਵੇ ਬੋਲੇਗਾ ਜ਼ਰੂਰ ਤੇਰਾ ਤੇਰਾ ਕਸੂਰ ਹੀ ਕੋਈ ਨੀ ਮੇਰਿਆ ਪੁੱਤਰਾ ਇਹ ਦੋਸਤ ਹੈ ਬੰਬਰ ਸ਼ੇਰ ਹੈ ਇਹੋ ਜਿਹਾ ਬੰਦਾ ਘਰ ਨੀ ਅੰਦਰ ਚ ਬੋਲ ਰਿਹਾ ਹੋਗਾ ਤੁਹਾਨੂੰ ਪਤਾ ਏਡਾ ਅਜ਼ੀਮ ਆਦਮੀ ਹੈ ਅਮਾਨਤ ਚੰਦ ਇਹ ਕਿੱਥੇ ਪੈਦਾ ਹੋਇਆ ਜਿੱਥੇ ਸਵਾਲ ਹੀ ਪੈਦਾ ਨਹੀਂ ਹੁੰਦਾ ਉੱਥੇ ਪੈਦਾ ਹੋਇਆ ਤੁਹਾਨੂੰ ਪਤਾ ਕਾਫੀ ਗੱਲਾਂ ਦਾ ਪਤਾ ਗੁੱਸਾ ਨਹੀਂ ਕਰਨਾ ਇਹਨੂੰ ਇਸ ਲਈ ਪਤਾ ਮੇਰਾ ਬ੍ਰਦਰ ਇਨ ਲਾ ਹੈ
ਇਹ ਮਾਨੇ ਚੰਦ ਸਾਹਿਬ ਹੁਣ ਤੇ ਸੁਪਰ ਸਟਾਰ ਬਣ ਗਏ ਨੇ ਜਦੋਂ ਸ਼ੁਰੂ ਸ਼ੁਰੂ ਸਟਰਗਲ ਦੌਰ ਸੀ ਇਹਨਾਂ ਨੇ ਘਰ ਵੀ ਇਹਨਾਂ ਦੇ ਮੁਰਸ਼ਦ ਆਏ ਮੁਰਸ਼ਦ ਨੇ ਜੁੱਤੀ ਬੜੀ ਅੱਛੀ ਪਾਈ ਇਹਨੇ ਜੁੱਤੀ ਵੇਚ ਕੇ ਨਾ ਕੀਮਾ ਪਕਾ ਲਿਆ ਮੁਰਸ਼ਦ ਨੇ ਪਹਿਲੀ ਬੁਰਕੀ ਲਾਈ ਉਹਨੇ ਕਿਹਾ ਵਾਹ ਮਾਨੇ ਚੰਦ ਇੰਨਾ ਮਜ਼ਾ ਕਹਿੰਦਾ ਬਸ ਮੁਰਸ਼ਦ ਤੁਹਾਡੀ ਜੁੱਤੀ ਦਾ ਸਦਕਾ ਮੁਸੀਕੀ ਦਾ ਮਸਲਾ ਸੀ ਪੈ ਰਹੇ ਸੀ ਉਹਨਾਂ ਦੇ ਨਾਲੇ ਮੈਂ ਬੜੇ ਬੜੇ ਕੰਮ ਕੀਤੇ ਚੰਦ ਸਾਹਿਬ ਤੁਸੀਂ ਸ਼ੁਰੂ ਤੋਂ ਸੁਣੇ ਹੋ ਕਿ ਹੁਣ ਕਰੰਟ ਪਿਆ ਦੇ ਮੈਂ ਰਾਜ ਮਜ਼ਦੂਰੀ ਵੀ ਕਰਨਾ ਸਾਂ ਕੰਮ ਕੋਈ ਛੱਡਿਆ ਨਹੀਂ ਅੱਛਾ ਜੀ ਰਾਜਾ ਦੇ ਮਗਰ ਜਾਣਾ ਸਾਂ ਅੱਛਾ ਮਹੀਨੇ ਬਾਅਦ ਰਾਜ ਮੇਰੇ ਮਗਰ ਆਉਣ ਲੱਗ ਪਏ ਕਿਉਂ ਮੱਲੇ ਦੀ ਬਦਨਾਮੀ ਹੋ ਗਈ ਤੇ ਮਗਰ ਰਾਜ ਆਉਂਦੇ ਨੇ ਇੱਕ ਮੈਂ ਕਮਰਾ ਬਣਾਇਆ ਕਮਰਾ ਅੱਛਾ ਲਓ ਜੀ ਤਿੰਨ ਦੀਵਾਰਾਂ ਸਿੱਧੀਆਂ ਬਣ ਗਈਆਂ ਮੇਰੇ ਕੋਲ ਤੇ ਚੌਥੀ ਦੀਵਾਰ ਤੋਂ ਜਾ ਕੇ ਬਾਹਰ ਹੋ ਗਈ ਫਿਰ ਮੈਂ ਘਬਰਾਇਆ ਨਹੀਂ ਜਦੋਂ ਛੱਤ ਪਾਉਣ ਲੱਗੇ ਤੇ ਗਾਡਰ ਇੰਨਾ ਛੋਟਾ ਹੋ ਗਿਆ ਮੈਂ ਘਬਰਾਇਆ ਨਹੀਂ ਮੈਂ ਥੱਲੇ ਮੁਕਾ ਕੇ ਮੈਂ ਘਰ ਵਾਲੇ ਉਹ ਤੁਹਾਨੂੰ ਮੁਬਾਰਕ ਹੋਵੇ ਉੱਥੋਂ ਤੁਹਾਡੀ ਜਗ੍ਹਾ ਵੱਧ ਗਈ ਜੀ ਚੁੱਕ ਕੇ ਲਾਇਆ ਉਹਨੇ ਕਿ ਆਪਣੇ ਮਾਂ ਨਾਲ ਦੱਸੋ ਇਹ 5000 ਵਾਲਾ ਕਾਕਾ ਹੈ 2000 ਸਾਨੂੰ ਦੋ ਕਾਕਾ ਹੀ ਲਾਇਆ ਯਾਰ ਹੁਣ ਤੇ ਗਾਣੇ ਅਜੀਬ ਜੀ ਬਣ ਲੱਗ ਸਹੀ ਕਹਿ ਰਹੇ ਹੋ ਅੱਖੀਆਂ ਮਲਾਵਾਂਗੀ ਤੇ ਕੀ ਦੇਵੇਂਗਾ ਵੀ ਤੂੰ ਅੱਖੀਆਂ ਮਲਾ ਜੋ ਤੁਸੀਂ ਕੋਈ ਅਗਲਾ ਦੇ ਰਹੇ ਹੋ ਇਹ ਚਲੋ ਲੜੀ ਕਿਹੜੀ ਗੱਲ ਹੈ ਸਹੀ ਗੱਲ ਗਾਣੇ ਜੀਬ ਆ ਗਏ ਨੇ ਤੁਸੀਂ ਦੱਸੋ ਮੈਂ ਕਿਹੜੇ ਹਾਂ ਉਹ ਵੇਖੋ ਨਾ ਕੀ ਗਾਣਾ ਹੈਗਾ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਬਣਿਆ ਸਾਡਾ ਕੋਈ ਗੱਲ ਨਹੀਂ ਰਹਿਣ ਤੇ ਫਿਰ ਕੋਈ ਗੱਲ ਨਹੀਂ ਰਹਿਣ ਦੇ ਫਿਰ ਗਾਣੇ ਇੰਜ ਦੇ ਆ ਨਹੀਂ ਹੋਰ ਕਿਸ ਤਰ੍ਹਾਂ ਦੇ ਗਾਣੇ ਆ ਰਹੇ ਚੰਦ ਸਾਹਿਬ ਕਦੀ ਕਿਧਰ ਰਹਿਣਾ ਕਦੀ ਕਿਧਰ ਰਹਿਣਾ ਯਾਰ ਤੇਰੀ ਸਮਝ ਲੱਗਦੀ ਹੈ ਪੈਂਟ ਕੋਟ ਕੈਸਾ ਖੂਬਸੂਰਤ ਲੱਗ ਰਿਹਾ ਚੰਦ ਸਾਹਿਬ ਪੈਂਟ ਕੋਟ ਪਾ ਕੇ ਲੋਕੀ ਇੰਜ ਫਿਰਦੇ ਨੇ ਬੜੇ ਮਜ਼ੇ ਨਾਲ ਪੈਂਟ ਕੋਟ ਪਾ ਕੇ ਇੰਜ ਫਿਰਨ ਦੇ ਜੂਸ ਪੀਣ ਗਿਆ ਕਿਹੜਾ ਜੂਸ ਪੀਣਾ ਅੱਛਾ ਮੈਂ ਕਿਹਾ ਪਾਇਨ ਐਪਲ ਉਹ ਕਹਿੰਦਾ ਤੈਨੂੰ ਸਿਖਾਇਆ ਕਿ ਨਹੀਂ ਅੱਧੂ ਵੀ ਯਾਰ ਮੈਂ ਕਿਹਾ ਚੰਦ ਸਾਹਿਬ ਨਾਲ ਚੰਦ ਸਾਹਿਬ ਨਾਲ ਨਾ ਪਾਵਰ ਵਾਲਾ ਲੜ ਰਹੇ ਸੀ ਕਹਿੰਦਾ ਮਸਾਜ ਕਰ ਮੇਰੇ ਹੱਥ ਕਾਲੇ ਹੋ ਗਏ ਇਹਨੂੰ ਫਰਕ ਨਹੀਂ ਪਿਆ ਤੁਹਾਡੇ ਮੂੰਹ ਨੀ ਖੋਤੀ ਰੇੜੀ ਤੇ ਪੂਰਾ ਸਫ਼ਰ ਕੀਤਾ ਪੂਰੀ ਦੁਨੀਆਂ ਨੇ
ਪੂਰੀ ਦੁਨੀਆ ਮੈਂ ਚੰਦ ਸਾਹਿਬ ਗਿਣੇ ਆ ਅਮਰੀਕਨ ਨੂੰ ਪੁੱਛੋ ਨਾ ਸਾਰੇ ਕਹਿੰਦੇ ਸੀ ਅਮਰੀਕਨ ਅੱਛਾ ਹਾਂਜੀ ਨਾਰਵੇਜਨ ਨੂੰ ਪੁੱਛੋ ਕਹਿੰਦੇ ਨਾਰਵੇਜਨ ਜੈਪਨੀਜ਼ ਨੂੰ ਪੁੱਛੋ ਇਹ ਬੰਗਲਾਦੇਸ਼ ਸਾਡੇ ਤੋਂ ਜੁਦਾ ਹੋਇਆ ਉਹਨਾਂ ਨੂੰ ਪੁੱਛ ਲਓ ਕਹਿੰਦੇ ਅਸੀਂ ਸਾਰੇ ਬੰਗਾਲੀ ਹਾਂ ਸਾਡੇ ਇੱਥੇ ਪੁੱਛ ਲਓ ਤੁਸੀਂ ਕੌਣ ਹੋ ਮੈਂ ਬੱਟ ਹਾਂ ਮੈਂ ਜੱਟ ਹਾਂ ਮੈਂ ਰਾਹੀ ਹਾਂ ਮੈਂ ਪਠਾਣ ਹਾਂ ਅੱਲਾ ਮੀਆਂ ਨੇ ਐਸੀ ਐਸੀ ਅੱਛੀ ਕੌਮ ਸਾਨੂੰ ਦਿੱਤੀ ਹੈ ਅੱਲਾ ਮੀਆਂ ਨੇ ਸਾਨੂੰ ਇੱਕ ਕੌਮ ਦਿੱਤੀ ਜੱਟ ਕੋਈ ਜੱਟ ਹੈ ਤੇ ਹੱਥ ਖੜਾ ਕਰੇ ਲਓ ਜੀ ਪਾਕਿਸਤਾਨ ਦੀ ਬਹਾਦਰ ਕੌਮ ਇਹ ਰਜੇ ਹੁਣ ਤੇ ਕੁੱਟਣ ਲੱਗ ਪੈਂਦੇ ਭੁੱਖੇ ਹੁਣ ਤੇ ਲੁੱਟਣ ਲੱਗ ਪੈਂਦੇ ਨੇ ਅੱਲਾ ਮੀਆਂ ਨੇ ਸਾਨੂੰ ਇੱਕ ਕੌਮ ਦਿੱਤੀ ਰਾਣਾ ਹੈ ਕੋਈ ਰਾਣਾ ਰਾਣੇ ਮੈਨੂੰ ਮਾਫ ਕਰ ਦੇਣਾ ਮੇਰੇ ਭਰਾਵਾ ਗੁੱਸਾ ਨਾ ਕਰੀ ਰਾਣਾ ਬਣਨਾ ਵੀ ਕੋਈ ਏਡਾ ਮੁਸ਼ਕਲ ਨਹੀਂ ਦੋ ਮਹੀਨੇ ਟਿਕਾ ਕੇ ਝੂਠ ਬੋਲੋ ਰਾਣਾ ਤਿਆਰ ਹੋ ਜਾਂਦਾ ਅੱਲਾ ਮੀਆਂ ਨੇ ਸਾਨੂੰ ਇੱਕ ਕੌਮ ਦਿੱਤੀ ਪਠਾਣ ਵਜ਼ੀਰ ਆਜ਼ਮ ਵੀ ਪਠਾਣ ਦੇਤਾ ਕਹਿੰਦੇ ਜੀ ਤਬਦੀਲੀ ਨਹੀਂ ਆਈ ਮੈਂ ਕਿਹਾ ਮੈਂ ਸਾਬਤ ਕਰ ਸਕਦਾ ਇਮਰਾਨ ਖਾਨ ਸਾਹਿਬ ਨੇ ਤਬਦੀਲੀ ਲਿਆਂਦੀ ਕਹਿੰਦੇ ਜੀ ਕਿਵੇਂ ਮੈਂ ਕਿਹਾ ਨਸਵਾਰ ਕੋ ਕੌਮੀ ਫਲ ਕਾ ਦਰਜਾ ਦੇ ਦਿਆ ਗਿਆ ਜ਼ਬਰਦਸਤ ਆਹ ਬੰਦਾ ਘੁੰਡ ਚੁੱਕਦਾ ਨਾ ਮੇਰੀ ਬੀਵੀ ਫਿਰ ਜਨਾਬ ਸੀਰੀਅਸ ਨਾ ਹੋ ਜਾਣਾ ਐ ਬੰਦਾ ਘੁੰਡ ਚੁੱਕਦਾ ਮੇਰੀ ਬੀਵੀ ਇੰਨੀ ਪਿਆਰੀ ਯਾ ਅੱਲਾ ਤੇਰਾ ਸ਼ੁਕਰ ਪਠਾਣ ਘੁੰਡ ਚੁੱਕਦੇ ਕੀ ਕਰਦਾ ਜ਼ਮਾ ਬਖੁਰ ਤੇ ਨਹਿਦਾ ਪਹਿਲੇ ਦੇ ਵੀ ਗੁੱਡੀ ਸਰਵਿਸ ਸਟੇਸ਼ਨ ਬੰਦੇ ਨੂੰ ਹਮ ਜਾਗੇ ਤਾਰੋ ਸੇ ਕਰੇ ਬਾਤੇ ਓ ਚਾਂਦਨੀ ਰਾਤੇ ਹੋ ਚਾਂਦਨੀ ਰਾਤੇ ਤੇ ਪਛਤੋ ਬੜਾ ਸੁਣੋ ਜਮਾ ਕਰਾ ਲਿਆ ਜਮਾ ਕਿਲੋ ਪੇ ਕੁਹਾਰੀਆਂ ਮਖਮਰੀ ਦਰਦਰ ਨਾ ਰੱਖੀ ਚੁੱਕੀ 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 ਲਓ ਜੀ ਪਛਤੋ ਭਾਈਓ ਕੇ ਬਾਅਦ अब हम आपसे इजाजत लेते हैं और मेहरबानी अगर कोई बात पूरी लगी हो कामयाब करें तो और उसके लिए माजरा चाहते हैं फिर आपकी खिदमत करेंगे हमारे चल सबके लिए बहुत सारी तालियां होनी चाहिए अल्लाह ने आपको कामयाब करे डॉक्टर बनाए आपकी सिर्फ मोहब्बत समेटने के लिए आए थे बड़ी मेहरबानी कोई बात पूरी लगी हो उसके लिए जबरदस्त लव यू सर थैंक यू बहुत शुक्रिया नवाजिश